ਦੋਸਤੋ ਤੁਹਾਡਾ ਫਿਰ ਤੋਂ ਸਾਡੇ ਚੈਨਲ ਦੇ ਵਿੱਚ ਇੱਕ ਵਾਰ ਬਹੁਤ ਸਵਾਗਤ ਹੈ। ਅਸੀਂ ਜਿਵੇਂ ਪਿਛਲੀ ਵੀਡੀਓ ਪਾਰਟ 1 ਦੇ ਵਿੱਚ ਵੀ ਦੱਸਿਆ ਸੀ, ਅਸੀਂ ਤੁਹਾਡੇ ਲਈ ਇੰਪੋਰਟੈਂਟ ਕੁਐਸਚਨ ਲੈ ਕੇ ਆਏ ਹਾਂ। ਅੱਜ ਆਪਾਂ ਪਾਰਟ 2 ਦੀ ਗੱਲ ਕਰਦੇ ਹਾਂ। ਇਹ ਕੁਐਸਚਨ ਇੰਟਰਵਿਊ ਦੇ ਲਈ ਹੈ, ਇੰਟਰਵਿਊ ਆਧਾਰਿਤ ਹੈ। ਜਿਹੜੇ ਲੋਕ ਮੇਰੇ ਵੀਰ ਭੈਣ ਭਰਾ ਇੰਟਰਵਿਊ ਦੇਣ ਜਾਂਦੇ ਆ, ਬੜੇ ਘਬਰਾ ਜਾਂਦੇ ਵੀ ਕਿਹੋ ਜਿਹੇ ਕੁਐਸਚਨ ਪੁੱਛਣਗੇ, ਤਾਂ ਸਾਡੀ ਵੀਡੀਓ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਉਹ ਘਬਰਾਉਣਗੇ ਨਹੀਂ, ਅਸੀਂ ਉਹਨਾਂ ਨੂੰ ਇਹੋ ਜਿਹੇ ਕੁਐਸਚਨ ਦੱਸਾਂਗੇ ਜਿਨ੍ਹਾਂ ਦਾ ਉਹ ਆਨਸਰ ਬੜਾ ਬੇਬਾਕੀ ਨਾਲ ਅਤੇ ਖੁੱਲ੍ਹੇ ਦਿਲ ਨਾਲ ਦੇ ਸਕਣਗੇ। ਅੱਜ ਆਪਾਂ ਸ਼ੁਰੂ ਕਰਦੇ ਹਾਂ ਕਿ ਉਹ ਕੁਐਸਚਨ ਕਿਹੋ ਜਿਹੇ ਹੁੰਦੇ ਆ। ਸਾਡੇ ਨਾਲ ਬਣੇ ਰਹੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ। ਕਰਦੇ ਹਾਂ ਆਪਾਂ ਪਰਸਨਲ ਇੰਟਰਵਿਊ ਦੇ ਲਈ ਇੰਪੋਰਟੈਂਟ ਕੁਐਸਚਨ। ਪਹਿਲਾ ਕੁਐਸਚਨ ਹੈ, ਇੱਕ ਇਹੋ ਜਿਹੀ ਜਗ੍ਹਾ ਦਾ ਨਾਂ ਦੱਸੋ ਜਿੱਥੇ 100 ਲੋਕ ਜਾਂਦੇ ਆ ਪਰ 99 ਵਾਪਿਸ ਆਉਂਦੇ ਆ। ਸੋਚੋ, ਅਸੀਂ ਤੁਹਾਨੂੰ ਟਾਈਮ ਦਿੰਦੇ ਹਾਂ ਕਿ ਉਹ ਕਿਹੜੀ ਜਗ੍ਹਾ ਹੈ ਜਿੱਥੇ 100 ਜਾਂਦੇ ਆ ਪਰ ਵਾਪਸ 99 99 ਆਉਂਦੇ ਆ। ਤਾਂ ਉਹਨੂੰ ਆਪਾਂ ਕੀ ਕਹਾਂਗੇ? ਉਹ ਕੀ ਹੈ? ਸ਼ਮਸ਼ਾਨ ਘਾਟ। ਕਿ ਸ਼ਮਸ਼ਾਨ ਘਾਟ 'ਚ ਜਾਂਦੇ 100 ਲੋਕ ਹੈ, ਜਦੋਂ ਮੁਰਦਾ ਜਲਾ ਦਿੰਦੇ ਆ ਤਾਂ ਵਾਪਸ 99 ਆਉਂਦੇ ਆ। ਅਗਲਾ ਦੱਸੋ, ਇਹੋ ਜਿਹੀ ਕਿਹੜੀ ਸਬਜ਼ੀ ਹੈ ਜਿਸ ਵਿੱਚ ਤਾਲਾ ਅਤੇ ਚਾਬੀ ਦੋਵੇਂ ਆ ਜਾਂਦੇ ਆ? ਦੱਸੋ ਇਹਦਾ ਕੀ ਆਨਸਰ ਹੈ, ਸੋਚੋ। ਇਹਦਾ ਆਨਸਰ ਹੈ ਲੋਕੀ। ਲੋਕੀ, ਲੋਕ ਪਲੱਸ ਕੀ, ਮਤਲਬ ਲੋਕ ਪਲੱਸ ਕੀ। ਦੇਖੋ, ਲੋਕ ਪਲੱਸ ਕੀ ਬਣ ਗਿਆ? ਲੋਕੀ। ਲੋਕ ਦਾ ਮਤਲਬ ਤਾਲਾ ਅਤੇ ਕੀ ਦਾ ਮਤਲਬ ਚਾਬੀ, ਜਿਵੇਂ ਕਿ ਇਹਨੂੰ ਕਹਿੰਦੇ ਆ ਲੋਕੀ। ਇਹੋ ਜਿਹੀ ਕਿਹੜੀ ਜਗ੍ਹਾ ਜਿੱਥੇ 100 ਜਾਂਦੇ ਆ ਅਤੇ ਵਾਪਸ 101 ਆਉਂਦੇ ਆ? 100 ਜਣੇ ਜਾਂਦੇ ਆ ਅਤੇ ਇੱਕ ਜਣਾ ਵੱਧ ਕੇ ਆਉਂਦਾ, ਕਿਹੜੀ ਥਾਂ? ਉਹ ਜਗ੍ਹਾ ਵਿਆਹ। 100 ਜਾਂਦੇ ਆ ਅਤੇ 101 ਆਉਂਦੇ ਆ। ਦੱਸੋ ਅਗਲਾ ਕੁਐਸਚਨ ਬੜਾ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਹੈ, ਇੱਕ ਆਦਮੀ ਬਿਨਾਂ ਸੁੱਤੇ 7 ਦਿਨ ਕਿਵੇਂ ਚੱਲ ਸਕਦਾ ਹੈ? ਇੱਕ ਆਦਮੀ ਬਿਨਾਂ ਸੁੱਤੇ 7 ਦਿਨ ਕਿਵੇਂ ਚੱਲ ਸਕਦਾ ਹੈ? ਸੋਚੋ। ਅਸੀਂ ਦੱਸਦੇ ਹਾਂ ਕਿ ਚਲੋ ਦਿਨੇ ਚੱਲ ਸਕਦਾ, ਰਾਤ ਨੂੰ ਸੋ ਜੂਗਾ, ਕਿਉਂਕਿ ਉਹਨਾਂ ਨੇ ਦਿਨ ਕਿਹਾ, ਆਪਾਂ ਨੂੰ ਰਾਤ ਨਹੀਂ ਨਾ ਕਿਹਾ। ਤਾਂ ਉਹ ਦਿਨੇ ਚੱਲ ਸਕਦਾ 7 ਦਿਨ, ਵਾ ਰਾਤ ਨੂੰ ਸੋ ਕੇ ਦਿਨੇ ਚੱਲ ਪਊ। ਅਗਲਾ ਪੰਜਵਾਂ ਕੁਐਸਚਨ ਹੈ, ਭਗਵਾਨ ਰਾਮ ਨੇ ਆਪਦੀ ਪਹਿਲੀ ਦੀਵਾਲੀ ਕਿੱਥੇ ਮਨਾਈ ਸੀ? ਦੱਸੋ, ਸੋਚੋ। ਭਗਵਾਨ ਰਾਮ ਨੇ ਆਪਦੀ ਪਹਿਲੀ ਦੀਵਾਲੀ ਸਮੁੰਦਰ ਵਿੱਚ ਮਨਾਈ ਸੀ, ਇਹ ਗੱਲ ਯਾਦ ਰੱਖਿਓ। ਪੁੱਛਿਆ ਜਾਂਦਾ ਹੈ ਵਾਲਾ ਕੁਐਸਚਨ। ਸਾਡੇ ਚੈਨਲ ਦੇ ਨਾਲ ਬਣੇ ਰਹੋ, ਸ਼ੇਅਰ ਕਰੋ, ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਅੱਗੇ ਵਧਾਓ ਤਾਂ ਕਿ ਅਸੀਂ ਤੁਹਾਡੇ ਲਈ ਨਵਾਂ ਟੋਪਿਕ ਲੈ ਕੇ ਆਈਏ। ਜੇ ਕਿਸੇ ਨੂੰ ਕੋਈ ਟੋਪਿਕ ਚਾਹੀਦਾ ਤਾਂ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰੋ, ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਰਿਪਲਾਈ ਕਰਾਂਗੇ। ਸਾਡੇ ਨਾਲ ਬਣੇ ਰਹੋ, ਅਸੀਂ ਕੋਈ ਫੇਕ ਵੀਡੀਓ ਨਹੀਂ ਲੈ ਕੇ ਆਵਾਂਗੇ। ਸਾਡੇ 'ਤੇ ਵਿਸ਼ਵਾਸ ਰੱਖੋ, ਕਿਸੇ ਦੀਆਂ ਗੱਲਾਂ 'ਚ ਨਾ ਆਓ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।